ਰੀਲਾਂ ਬਣਾਉਣ ਦੇ ਚੱਕਰ ਦੇ ਵਿੱਚ ਇਸ ਮੁੰਡੇ ਨੇ ਆਪਣੀ ਜ਼ਿੰਦਗੀ ਨੂੰ ਹੀ ਖਤਰੇ ਦੇ ਵਿੱਚ ਪਾ ਦਿੱਤਾ ਜਦੋਂ ਇਹ ਹਾਈ ਵੋਲਟੇਜ ਦੀਆਂ ਤਾਰਾਂ ਦੀ ਚਪੇਟ ਦੇ ਵਿੱਚ ਆ ਗਿਆ, ਜਿਸ ਕਾਰਨ ਇਸਦਾ 80% ਸਰੀਰ ਬੁਰੀ ਤਰ੍ਹਾਂ ਝੁਲਸ ਗਿਆ। ਹਾਲਾਂਕਿ ਮੌਕੇ ਤੇ ਇਸ ਨੌਜਵਾਨ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਇਸਦਾ ਇਲਾਜ ਚੱਲ ਰਿਹਾ। ਦਰਅਸਲ ਇਹ ਮੁੰਡਾ ਰੀਲਾਂ ਬਣਾਉਣ ਦੇ ਚੱਕਰ ਦੇ ਵਿੱਚ ਮਾਲ ਗੱਡੀ ਤੇ ਹੀ ਚੜ ਗਿਆ ਤੇ ਉੱਪਰੋਂ ਲੰਘ ਰਹੀਆਂ ਹਾਈ ਵੋਲਟੇਜ ਦੀਆਂ ਤਾਰਾਂ ਦੀ ਚਪੇਟ ਦੇ ਵਿੱਚ ਆ ਗਿਆ, ਜਿਸ ਕਾਰਨ ਇਸਦਾ 80% ਸਰੀਰ ਬੁਰੀ ਤਰ੍ਹਾਂ ਝੁਲਸਿਆ ਗਿਆ। ਇਹ ਮੁੰਡਾ 12ਵੀਂ ਕਲਾਸ ਦਾ ਵਿਦਿਆਰਥੀ ਹੈ ਜੋ ਆਪਣੇ ਦੋਸਤਾਂ ਦੇ ਨਾਲ ਸਕੂਲ ਤੋਂ ਬੰਕ ਕਰਕੇ ਰੇਲਵੇ ਸਟੇਸ਼ਨ ਪਹੁੰਚਿਆ ਤੇ ਉੱਥੇ ਇੱਕ ਦੂਜੇ ਦੀਆਂ ਫੋਟੋਆਂ ਖਿੱਚ ਰਹੇ ਸਨ ਤੇ ਇੱਕ ਦੂਜੇ ਦੀਆਂ ਰੀਲਾਂ ਬਣਾ ਰਹੇ ਸਨ। ਨਾਲ ਦੇ ਸਾਥੀਆਂ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹਨਾਂ ਦਾ ਇਹ ਦੋਸਤ ਕਦੋਂ ਮਾਲ ਗੱਡੀ ਉੱਤੇ ਚੜ ਗਿਆ ਤੇ ਇਹ ਤਾਰਾਂ ਦੀ ਚਪੇਟ ਦੇ ਵਿੱਚ ਆ ਗਿਆ, ਜਿਸ ਕਾਰਨ ਇਹ ਬੁਰੀ ਤਰ੍ਹਾਂ ਝੁਲਸਿਆ ਗਿਆ। ਮੌਕੇ ਤੇ ਇਸ ਨੂੰ ਚੁੱਕ ਕੇ ਹਸਪਤਾਲ ਲਿਆਂਦਾ ਗਿਆ ਅਤੇ ਹੁਣ ਇਸਦਾ ਇਲਾਜ ਚੱਲ ਰਿਹਾ। ਇਹ ਹਾਦਸਾ ਟਾਂਡਾ ਤੋਂ ਸਾਹਮਣੇ ਆਇਆ, ਜਿੱਥੇ ਟਾਂਡਾ ਦੇ ਰੇਲਵੇ ਸਟੇਸ਼ਨ ਤੇ ਇਹ ਹਾਦਸਾ ਵਾਪਰਿਆ ਤੇ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਮੁੰਡਾ ਹਾਈ ਵੋਲਟੇਜ ਦੀਆਂ ਤਾਰਾਂ ਦੀ ਚਪੇਟ ਦੇ ਵਿੱਚ ਆ ਗਿਆ ਤੇ ਬੁਰੀ ਤਰ੍ਹਾਂ ਝੁਲਸਿਆ ਗਿਆ। ਅਸੀਂ ਸਭ ਫੋਟੋ ਖਿੱਚਾਂਗੇ, ਅਸੀਂ ਆਪਣੀਆਂ ਹੀ ਖਿੱਚਦੇ ਸੀਗੇ, ਹੈ ਨਾ। ਉਹ ਜਦ ਪਤਾ ਨਹੀਂ ਲੱਗਾ ਕਦੋਂ ਉੱਤੇ ਚੜ ਗਿਆ ਜੀ, ਟ੍ਰੇਨ ਦੇ ਡੱਬੇ ਸਰ ਜੀ, ਪਹਿਲਾਂ ਫੋਟੋ ਨਹੀਂ ਖਿਚਾਉਣ ਲੱਗਾ ਸੀ। ਤੇਰਾ ਨਾਮ ਕੀ ਹੈ? ਪਤਾ ਨਹੀਂ ਕਿੱਦਾਂ। ਤੇਰਾ ਨਾਮ ਕੀ ਹੈ? ਮੇਰਾ ਨਾਮ ਸਰ ਲਾਭ। ਪਿਤਾ ਦਾ ਨਾਮ ਕੀ ਹੈ? ਦਵਿੰਦਰ। ਕਿਹੜੇ ਪਿੰਡ ਤੋਂ? ਬੈਂਜਾ ਤੋਂ ਜੀ। ਸਕੂਲੋਂ ਛੁੱਟੀ ਕੀਤੀ ਸੀ? ਜੋ ਕਿ 17 ਸਾਲ ਉਮਰ ਦਾ ਲੜਕਾ ਸੀ, ਸਨ ਆਫ ਦਲਵਿੰਦਰ ਸਿੰਘ, ਕਲੋਇਆ ਪਿੰਡ ਦਾ ਸੀ। ਉਹ ਮਰੀਜ਼ ਲੈ ਕੇ ਆਇਆ ਸਾਡੇ ਕੋਲ। ਸੁਣਨ 'ਚ ਆਇਆ ਕਿ ਸ਼ਾਇਦ ਉਹ ਰੇਲਵੇ ਲਾਈਨ ਦੇ ਵਿੱਚ ਉਹਨੂੰ ਕਰੰਟ ਪਿਆ, ਉੱਥੇ ਰੇਲਵੇ ਲਾਈਨ ਤੋਂ, ਅਤੇ ਉਹਦਾ ਕਾਫੀ ਬਰਨ ਹੋਇਆ ਸੀ। ਅਸੀਂ ਉਹਦੀ ਮੁੱਢਲੀ ਸਹਾਇਤਾ ਦੇ ਕੇ ਉਹਨੂੰ ਅਸੀਂ ਵੱਡੇ ਹਸਪਤਾਲ ਭੇਜ ਦਿੱਤਾ ਹੈ। ਸੜਨ ਦਾ ਪਰਸਨ ਸਾਰਾ ਅੱਗੋਂ ਫਰੰਟ ਉਹਦਾ ਉੱਪਰੋਂ ਲੈ ਕੇ ਨੀਚੇ ਤੱਕ ਸਾਰਾ ਜਲਿਆ ਹੋਇਆ ਸੀ। ਰੀਲਾਂ ਬਣਾਉਣ ਦੇ ਚੱਕਰ ਦੇ ਵਿੱਚ ਇਸ ਮੁੰਡੇ ਨੇ ਆਪਣੀ ਜ਼ਿੰਦਗੀ ਨੂੰ ਹੀ ਖਤਰੇ ਦੇ ਵਿੱਚ ਪਾ ਦਿੱਤਾ ਜਦੋਂ ਇਹ ਹਾਈ ਵੋਲਟੇਜ ਦੀਆਂ ਤਾਰਾਂ ਦੀ ਚਪੇਟ ਦੇ ਵਿੱਚ ਆ ਗਿਆ, ਜਿਸ ਕਾਰਨ ਇਸਦਾ 80% ਸਰੀਰ ਬੁਰੀ ਤਰ੍ਹਾਂ ਝੁਲਸ ਗਿਆ। ਹਾਲਾਂਕਿ ਮੌਕੇ ਤੇ ਇਸ ਨੌਜਵਾਨ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਇਸਦਾ ਇਲਾਜ ਚੱਲ ਰਿਹਾ। ਦਰਅਸਲ ਇਹ ਮੁੰਡਾ ਰੀਲਾਂ ਬਣਾਉਣ ਦੇ ਚੱਕਰ ਦੇ ਵਿੱਚ ਮਾਲ ਗੱਡੀ ਤੇ ਹੀ ਚੜ ਗਿਆ ਤੇ ਉੱਪਰੋਂ ਲੰਘ ਰਹੀਆਂ ਹਾਈ ਵੋਲਟੇਜ ਦੀਆਂ ਤਾਰਾਂ ਦੀ ਚਪੇਟ ਦੇ ਵਿੱਚ ਆ ਗਿਆ, ਜਿਸ ਕਾਰਨ ਇਸਦਾ 80% ਸਰੀਰ ਬੁਰੀ ਤਰ੍ਹਾਂ ਝੁਲਸਿਆ ਗਿਆ। ਇਹ ਮੁੰਡਾ 12ਵੀਂ ਕਲਾਸ ਦਾ ਵਿਦਿਆਰਥੀ ਹੈ ਜੋ ਆਪਣੇ ਦੋਸਤਾਂ ਦੇ ਨਾਲ ਸਕੂਲ ਤੋਂ ਬੰਕ ਕਰਕੇ ਰੇਲਵੇ ਸਟੇਸ਼ਨ ਪਹੁੰਚਿਆ ਤੇ ਉੱਥੇ ਇੱਕ ਦੂਜੇ ਦੀਆਂ ਫੋਟੋਆਂ ਖਿੱਚ ਰਹੇ ਸਨ ਤੇ ਇੱਕ ਦੂਜੇ ਦੀਆਂ ਰੀਲਾਂ ਬਣਾ ਰਹੇ ਸਨ। ਨਾਲ ਦੇ ਸਾਥੀਆਂ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹਨਾਂ ਦਾ ਇਹ ਦੋਸਤ ਕਦੋਂ ਮਾਲ ਗੱਡੀ ਉੱਤੇ ਚੜ ਗਿਆ ਤੇ ਇਹ ਤਾਰਾਂ ਦੀ ਚਪੇਟ ਦੇ ਵਿੱਚ ਆ ਗਿਆ, ਜਿਸ ਕਾਰਨ ਇਹ ਬੁਰੀ ਤਰ੍ਹਾਂ ਝੁਲਸਿਆ ਗਿਆ। ਮੌਕੇ ਤੇ ਇਸ ਨੂੰ ਚੁੱਕ ਕੇ ਹਸਪਤਾਲ ਲਿਆਂਦਾ ਗਿਆ ਅਤੇ ਹੁਣ ਇਸਦਾ ਇਲਾਜ ਚੱਲ ਰਿਹਾ। ਇਹ ਹਾਦਸਾ ਟਾਂਡਾ ਤੋਂ ਸਾਹਮਣੇ ਆਇਆ, ਜਿੱਥੇ ਟਾਂਡਾ ਦੇ ਰੇਲਵੇ ਸਟੇਸ਼ਨ ਤੇ ਇਹ ਹਾਦਸਾ ਵਾਪਰਿਆ ਤੇ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਮੁੰਡਾ ਹਾਈ ਵੋਲਟੇਜ ਦੀਆਂ ਤਾਰਾਂ ਦੀ ਚਪੇਟ ਦੇ ਵਿੱਚ ਆ ਗਿਆ ਤੇ ਬੁਰੀ ਤਰ੍ਹਾਂ ਝੁਲਸਿਆ ਗਿਆ। ਅਸੀਂ ਸਭ ਫੋਟੋ ਖਿੱਚਾਂਗੇ, ਅਸੀਂ ਆਪਣੀਆਂ ਹੀ ਖਿੱਚਦੇ ਸੀਗੇ, ਹੈ ਨਾ। ਉਹ ਜਦ ਪਤਾ ਨਹੀਂ ਲੱਗਾ ਕਦੋਂ ਉੱਤੇ ਚੜ ਗਿਆ ਜੀ, ਟ੍ਰੇਨ ਦੇ ਡੱਬੇ ਸਰ ਜੀ, ਫੋਟੋ ਨਹੀਂ ਖਿਚਾਉਣ ਲੱਗਾ ਸੀ। ਤੇਰਾ ਨਾਮ ਕੀ ਹੈ? ਪਤਾ ਨਹੀਂ ਕਿੱਦਾਂ। ਤੇਰਾ ਨਾਮ ਕੀ ਹੈ? ਮੇਰਾ ਨਾਮ ਸਰ ਲਾਭ। ਪਿਤਾ ਦਾ ਨਾਮ ਕੀ ਹੈ? ਦਵਿੰਦਰ। ਕਿਹੜੇ ਪਿੰਡ ਤੋਂ? ਬੈਂਜਾ ਤੋਂ ਜੀ। ਸਕੂਲੋਂ ਛੁੱਟੀ ਕੀਤੀ ਸੀ? ਜੋ ਕਿ 17 ਸਾਲ ਉਮਰ ਦਾ ਲੜਕਾ ਸੀ, ਸਨ ਆਫ ਦਲਵਿੰਦਰ ਸਿੰਘ, ਕਲੋਇਆ ਪਿੰਡ ਦਾ ਸੀ।
ਉਹ ਮਰੀਜ਼ ਲੈ ਕੇ ਆਇਆ ਸਾਡੇ ਕੋਲ, ਸੁਣਨ 'ਚ ਆਇਆ ਕਿ ਸ਼ਾਇਦ ਉਹ ਰੇਲਵੇ ਲਾਈਨ ਦੇ ਵਿੱਚ ਉਹਨੂੰ ਕਰੰਟ ਪਿਆ ਉੱਥੇ ਰੇਲਵੇ ਲਾਈਨ ਤੋਂ, ਅਤੇ ਉਹਦਾ ਕਾਫੀ ਬਰਨ ਹੋਇਆ ਸੀ। ਅਸੀਂ ਉਹਦੀ ਮੁੱਢਲੀ ਸਹਾਇਤਾ ਦੇ ਕੇ ਉਹਨੂੰ ਅਸੀਂ ਵੱਡੇ ਹਸਪਤਾਲ ਭੇਜ ਦਿੱਤਾ ਹੈ। ਸੜਨ ਦਾ ਪਰ ਸਾਰਾ ਅੱਗੋਂ ਫਰੰਟ ਉਹਦਾ ਉੱਪਰੋਂ ਲੈ ਕੇ ਨੀਚੇ ਤੱਕ ਸਾਰਾ ਜਲਿਆ ਹੋਇਆ ਸੀ।